ਸੋ ਅੱਜ ਤੀਆਂ ਦੇ ਮੌਕੇ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ, ਮਿਲਣ ਗਿਲਣ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਦੀ ਸੋਚ ਹੈ ਕਿ ਧੀਆਂ ਲਈ ਵੀ ਕੁੜੀਆਂ ਲਈ ਵੀ ਕੋਈ ਨਾ ਕੋਈ ਫੰਕਸ਼ਨ ਹੋਣੇ ਚਾਹੀਦੇ ਨੇ। ਹਮੇਸ਼ਾ ਆਪਾਂ ਦੇਖਦੇ ਹਾਂ ਕਿ ਬੰਦਿਆਂ ਲਈ ਕੋਈ ਨਾ ਕੋਈ ਫੰਕਸ਼ਨ ਹੁੰਦੇ ਨੇ, ਕੋਈ ਰੈਲੀਆਂ 'ਤੇ ਚੱਲ ਜਾਂਦਾ, ਕੋਈ ਹੋਰ ਕਬੱਡੀ ਕੱਪ ਹੋਈ ਜਾਂਦੇ ਨੇ, ਪਰ ਲੇਡੀਜ਼ ਹਮੇਸ਼ਾ ਪਿਛੜੀਆਂ ਰਹਿ ਜਾਂਦੀਆਂ ਸੀਗੀਆਂ। ਸਾਡੇ ਲਈ ਕੋਈ ਫੰਕਸ਼ਨ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਕਰਾਉਣਾ ਚਾਹੀਦਾ। ਮੈਨੂੰ ਕੋਈ ਮਿਲੀ ਲੇਡੀ, ਉਹ ਕਹਿੰਦੀ ਮੈਂ USA ਰਹਿੰਦੀ ਹਾਂ, ਮੈਂ ਤੀਆਂ ਦੇ ਪ੍ਰੋਗਰਾਮ ਪਹਿਲੀ ਵਾਰ ਦੇਖ ਰਹੀ ਹਾਂ ਕਿ ਪੰਜਾਬ 'ਚ ਇੰਨੇ ਵੱਡੇ ਪੱਧਰ 'ਤੇ ਤੀਆਂ ਦੇ ਪ੍ਰੋਗਰਾਮ ਹੋ ਰਹੇ ਨੇ। ਇਹ ਸਾਰੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਧੀਆਂ ਦੀ ਵੀ ਓਨੀ ਹੀ ਇੰਪੋਰਟੈਂਸ ਹੈ ਜਿੰਨੀ ਕਿ ਇੱਕ ਬੰਦੇ ਦੀ, ਇੱਕ ਪੁੱਤ ਦੀ ਹੈ। ਸਾਨੂੰ ਜ਼ਿਆਦਾ ਕੁਝ ਸਮਾਜ ਤੋਂ ਚਾਹੀਦਾ ਨਹੀਂ ਹੁੰਦਾ। ਅਸੀਂ ਵੀ ਕੰਮ ਕਾਰ ਕਰਦੀਆਂ ਪਰਿਵਾਰਾਂ 'ਚ ਜਾਂ ਆਪਣੇ ਜੌਬ ਕਰਦੀਆਂ ਲੇਡੀਜ਼ ਇੰਨੀਆਂ ਬਿਜ਼ੀ ਹੋ ਜਾਂਦੀਆਂ, ਸਾਨੂੰ ਮਿਲਣ ਗਿਲਣ ਦਾ ਮੌਕਾ ਹੀ ਨਹੀਂ ਲੱਗਦਾ। ਪੇਕੇ ਜਾਣ ਦੀ ਗੱਲ ਮੈਨੂੰ ਆਪ ਦੱਸਦਿਆਂ ਹੈਰਾਨੀ ਆਉਂਦੀ ਹੈ, ਅਤੇ ਤੁਸੀਂ ਵੀ ਇੱਦਾਂ ਦੀ ਸੋਚ ਰੱਖਦੇ ਹੋਵੋਗੇ ਕਿ ਪੇਕੇ ਜਾਣ ਦਾ ਸਾਨੂੰ ਟਾਈਮ ਹੀ ਨਹੀਂ ਲੱਗਦਾ। ਕੋਈ ਇੱਕ ਦਿਨ ਦੋ ਦਿਨ ਮਸਾਂ ਨਿਕਲਦੇ ਆ ਕਿ ਆਪਾਂ ਪੇਕੇ ਚੱਲ ਜਾਈਏ, ਪਹਿਲਾਂ ਹੀ ਘਰੋਂ ਫੋਨ ਆਉਣ ਲੱਗ ਜਾਂਦੇ ਵੀ ਵਾਪਸ ਕਦ ਆਉਂਗੇ, ਇੱਦਾਂ ਹੀ ਹੁੰਦਾ ਸਾਰਿਆਂ ਨਾਲ। ਸੋ ਘਰਾਂ 'ਚ ਹੀ ਆਪਾਂ ਉਲਝ ਕੇ ਰਹਿ ਜਾਂਦੇ ਹਾਂ। ਆਪਾਂ ਨੂੰ ਵੀ ਇੱਕ ਮੌਕੇ ਦੀ ਇੱਕ ਦਿਲ ਕਰਦਾ ਕਿ ਕੋਈ ਮੇਲਾ ਲੱਗੇ, ਆਪਾਂ ਵੀ ਨੱਚ ਟੱਪ ਲਈਏ, ਰੌਣਕ ਮੇਲਾ ਦੇਖ ਲਈਏ, ਕਿਉਂਕਿ ਇਹ ਜਿਹੜੇ ਮੇਲੇ ਨੇ ਪੋਜ਼ਿਟਿਵਿਟੀ ਦਿੰਦੇ ਨੇ, ਇੱਕ ਉਤਸ਼ਾਹ ਪੈਦਾ ਕਰਦੇ ਨੇ। ਬੰਦੇ ਦੇ ਘਰ 'ਚ ਜੋ ਮਰਜ਼ੀ ਹਾਲਾਤ ਹੋਣ, ਮੈਨੂੰ ਲੱਗਦਾ ਮੇਲੇ 'ਚ ਆ ਕੇ ਸਾਰੀਆਂ ਲੇਡੀਜ਼ ਭੁੱਲ ਜਾਂਦੀਆਂ ਨੇ ਵੀ ਕੋਈ ਦਿੱਕਤ ਪਰੇਸ਼ਾਨੀ ਵੀ ਹੈਗੀ ਆ, ਚਾਹ ਹੀ ਇੰਨਾ ਚੜ੍ਹ ਜਾਂਦਾ ਸਾਨੂੰ। ਉੱਤੋਂ ਸਾਨੂੰ ਸੱਜਣ ਸਵਰਨ ਦਾ ਸ਼ੌਂਕ ਹੁੰਦਾ, ਹਰੇਕ ਲੇਡੀਜ਼ ਨੂੰ ਆਹ ਹੁੰਦਾ ਕਿ ਮੈਂ ਵਧੀਆ ਸੂਟ ਪਾ ਕੇ, ਵਧੀਆ ਕੋਈ ਗਹਿਣਾ ਗੱਟਾ ਪਾ ਕੇ ਮੇਲਾ ਦੇਖ ਕੇ ਆਵਾਂ। ਸੋ ਮਾਨ ਸਾਹਿਬ ਦੀ ਸੋਚ ਹੈ ਕਿ ਹਰ ਲੇਡੀ ਨੂੰ ਮੌਕਾ ਮਿਲਣਾ ਚਾਹੀਦਾ, ਹਰ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ। ਤੁਸੀਂ ਅੱਜ ਆਪ ਦੇਖਿਆ ਹੋਊਗਾ ਵੀ ਸਟੇਜ 'ਤੇ ਇੰਨੇ ਛੋਟੇ ਛੋਟੇ ਬੱਚੇ ਪਰਫੋਰਮ ਕਰਦੇ ਹੈ, ਇੱਦਾਂ ਲੱਗਦਾ ਵੀ ਪਤਾ ਨਹੀਂ ਇਹਨਾਂ ਨੂੰ ਕੌਣ ਸਿਖਾਉਂਦਾ, ਕੌਣ ਇਹਨਾਂ ਦਾ ਕੋਚ ਹੈ। ਇੰਨੀ ਵਧੀਆ ਗਿੱਧੇ ਦੀ ਪ੍ਰੈਕਟਿਸ, ਫੈਸ਼ਨ ਸ਼ੋਅ ਹੋਇਆ, ਉਹ ਵੀ ਇੰਨਾ ਵਧੀਆ ਸੀਗਾ। ਅੱਜ ਤਾਂ ਮੈਂ ਮਾਂ ਪਿਓ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਆਪਣੇ ਬੱਚਿਆਂ ਨੂੰ, ਸਪੈਸ਼ਲੀ ਆਪਣੀ ਧੀਆਂ ਨੂੰ ਮੌਕਾ ਦਿੰਦੇ ਨੇ ਕਿ ਘਰੋਂ ਬਾਹਰ ਨਿਕਲਣ ਅਤੇ ਆਪਦਾ ਮਨਪਸੰਦ ਕੋਈ ਗਿੱਧਾ ਕਰਦਾ, ਕੋਈ ਭੰਗੜਾ ਕਰਦਾ, ਕੋਈ ਹੋਰ ਸਪੋਰਟਸ 'ਚ ਐਕਟੀਵਿਟੀ 'ਚ ਪਾਰਟੀਸਪੇਟ ਕਰਦਾ, ਕਿਉਂ ਐਕਟੀਵਿਟੀ 'ਚ ਪਾਰਟੀਸਪੇਟ ਕਰਨ। ਪਹਿਲੇ ਜ਼ਮਾਨੇ 'ਚ ਹੁੰਦਾ ਸੀ ਵੀ ਕੁੜੀਆਂ ਨੂੰ ਮੌਕਾ ਹੀ ਨਹੀਂ ਸੀ ਦਿੱਤਾ ਜਾਂਦਾ। ਸਾਡੇ 'ਚ ਕਲਾ ਬਹੁਤ ਹੈ, ਸਾਡੇ 'ਚ ਟੈਲੈਂਟ ਬਹੁਤ ਸੀਗਾ, ਪਰ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ ਕਦੇ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ। ਜ਼ਿਆਦਾ ਤੋਂ ਜ਼ਿਆਦਾ ਇਹ ਕਹਿ ਦਿੰਦੇ ਸੀ ਵੀ ਪੜ੍ਹ ਲਿਖ ਕੇ ਆਪਦਾ ਵਿਆਹ ਕਰਾਓ, ਆਪਦੇ ਘਰੇ ਜਾਓ, ਆਪਦੇ ਘਰੇ ਜਾ ਕੇ ਜੋ ਮਰਜ਼ੀ ਕਰਿਓ, ਪਹਿਲਾਂ ਅਸੀਂ ਨਹੀਂ ਕਰਨ ਦੇਣਾ। ਪਰ ਅੱਜ ਦਾ ਦੌਰ ਬਦਲ ਚੁੱਕਿਆ, ਮਾਂ ਪਿਓ ਦੀ ਸੋਚ ਬਦਲ ਚੁੱਕੀ ਹੈ, ਓਨਾ ਹੀ ਮੌਕਾ ਅੱਜ ਪੁੱਤ ਨੂੰ ਮਿਲਦਾ, ਓਨਾ ਹੀ ਧੀ ਨੂੰ ਮਿਲਦਾ ਆਪਦਾ ਟੈਲੈਂਟ ਸ਼ੋਅ ਕਰਨ ਦਾ। ਜੇ ਕੋਈ ਬੱਚਾ ਪੜ੍ਹਨਾ ਚਾਹੁੰਦਾ, ਉਹ ਪੜ੍ਹ ਲਿਖ ਰਿਹਾ, ਸਰਕਾਰ ਉਪਰਾਲੇ ਕਰ ਰਹੀ ਹੈ, ਵਧੀਆ ਸਕੂਲ, ਵਧੀਆ ਐਜੂਕੇਸ਼ਨ ਹਰ ਬੱਚੇ ਨੂੰ ਮਿਲੇ। ਜੇ ਕੋਈ ਬੱਚਾ ਖੇਡਣਾ ਚਾਹੁੰਦਾ, ਤੁਸੀਂ ਦੇਖਿਆ ਹੋਊਗਾ ਸਾਰਿਆਂ ਨੇ ਵੀ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਵਧੀਆ ਪ੍ਰੋਗਰਾਮ ਕਰਾਏ ਜਾ ਰਹੇ ਨੇ ਜਿਹਦੇ 'ਚ ਕੁੜੀਆਂ ਦੀ ਜ਼ਿਆਦਾ ਪਾਰਟੀਸਪੇਸ਼ਨ ਹੈ ਮੁੰਡਿਆਂ ਨਾਲੋਂ। ਸੋ ਇਹੋ ਜਿਹੇ ਮੌਕੇ ਬੱਚਿਆਂ ਨੂੰ ਮਿਲ ਰਹੇ ਨੇ ਜੋ ਸਾਡੇ ਟਾਈਮ 'ਚ ਸੀਗੇ ਨਹੀਂ। ਸਾਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਸੀਗਾ ਵੀ ਤੁਸੀਂ ਕਰਨਾ ਕੀ ਚਾਹੁੰਦੀਆਂ ਹੋ। ਇੱਕੋ ਹੀ ਟੀਚਾ ਦਿਖਦਾ ਸੀ ਵੀ ਪੜ੍ਹ ਲਿਖ ਲਓ, ਹੋਰ ਕੁਛ ਨਹੀਂ ਸੀਗਾ। ਸ਼ਾਇਦ ਬੱਚਾ ਕੁਛ ਹੋਰ ਕਰਨਾ ਚਾਹੁੰਦਾ ਹੋਵੇ।
ਪਰ ਅੱਜ ਦੇ ਮੈਂ ਮਾਂ ਪਿਓ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਸਾਰੇ ਪੇਰੈਂਟਸ ਦਾ, ਅਤੇ ਇਹਨੂੰ ਇੱਦਾਂ ਹੀ ਜਾਰੀ ਰੱਖਿਓ, ਆਪਦੇ ਬੱਚਿਆਂ ਨੂੰ, ਆਪਦੀਆਂ ਧੀਆਂ ਨੂੰ ਪੁੱਤਾਂ ਦੇ ਬਰਾਬਰ ਰੱਖਿਓ। ਧੀਆਂ ਤੁਹਾਡਾ ਮਾਣ ਪੁੱਤਾਂ ਨਾਲੋਂ ਜ਼ਿਆਦਾ ਵਧਾਉਣਗੀਆਂ।